ਖਬਰ ਲੈਂਦੇ ਹਾਂ ਜ਼ੀਰੇ ਤੋਂ। ਸੜਕ 'ਤੇ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ। ਅੱਜ ਸਵੇਰੇ ਜ਼ੀਰੇ ਦੇ ਮੱਲਾ ਰੋਡ ਤੋਂ ਪਿੰਡ ਬੋਤੀਆਂਵਾਲਾ ਵਿਖੇ ਸੜਕ ਦੇ 55 ਅਤੇ 60 ਸਾਲ ਦੇ ਕਰੀਬ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਔਰਤ ਅੰਗਰੇਜ਼ ਕੌਰ ਦੇ ਪੁੱਤਰ ਬੱਬੂ ਨੇ ਦੱਸਿਆ ਕਿ ਉਸਦੀ ਮਾਂ ਅੰਗਰੇਜ਼ ਕੌਰ 2-3 ਦਿਨ ਪਹਿਲਾਂ ਹੀ ਆਪਣੀ ਭੈਣ ਨੂੰ ਮਿਲਣ ਵਾਸਤੇ ਘਰੋਂ ਗਈ ਸੀ ਪਰ ਘਰ ਨਹੀਂ ਪਰਤਰੀ। ਉਹਨਾਂ ਵੱਲੋਂ ਉਸਦੀ ਬਹੁਤ ਤਲਾਸ਼ ਕਰਨ ਤੋਂ ਬਾਅਦ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਸੀ ਪਰ ਅੱਜ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਮਾਂ ਦੀ ਲਾਸ਼ ਜ਼ੀਰਾ ਮੱਲਾ ਰੋਡ 'ਤੇ ਪਿੰਡ ਬੋਤੀਆਂਵਾਲਾ ਵਿਖੇ ਸੜਕ 'ਤੇ ਪਈ ਹੋਈ ਹੈ। ਉੱਧਰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਆਫਿਸਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਦੀਪ ਸਿੰਘ ਜੀ ਔਰ ਬੱਬੂ ਮੇਰੀ ਮੰਮੀ ਮੇਰੀ ਅਤੇ ਮੈਂ ਘਰੋਂ ਗਏ ਸੀ ਕਹਿੰਦੇ ਭੈਣ ਕੋਲ ਜਾਣਾ ਮੈਂ। ਅੱਛਾ। ਮੈਂ 12:30 ਟਾਈਮ ਪੂਤ ਰਿਹਾ ਸੀ ਪਿੰਡ ਆਪਣੇ ਅਤੇ ਮੇਰੇ ਕੋਲ ਦੁਕਾਨ ਤੋਂ ਪੈਸੇ ਫੜੇ ਸੀਗੇ ਅਤੇ ਕਹਿੰਦੇ ਮੈਂ ਕੁੜੀ ਕੋਲ ਜਾਊਂ ਮੈਂ ਮੈਨੂੰ ਛੱਡ ਕਹਿੰਦੀ ਮੈਂ ਇਕੱਲੀ ਚਲੀ ਜਾਊਂ ਅੱਗੇ ਜਾਂਦੀ ਮੈਂ ਅਤੇ ਜਦੋਂ ਮੈਂ ਸੰਤ ਵਾਲੇ ਟੈਂਪੂ ਉਤਰੀ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਕਿੱਥੇ ਚਲੇ ਗਏ ਅਸੀਂ ਮਤਲਬ ਕਾਫੀ ਦਿਨ ਤੋਂ ਅਸੀਂ ਵੀ ਭਾਲਦੇ ਫਿਰਦੇ ਹਰ ਥਾਂ ਦੇਖਿਆ ਵਾ ਨਹਿਰਾਂ 'ਤੇ ਵੀ ਹਰ ਥਾਂ ਰਿਸ਼ਤੇਦਾਰੀ 'ਚ ਵੀ ਅੱਜ ਸਾਨੂੰ ਬੋਤਿਆਂ ਵੱਲੋਂ ਲਾਸ਼ ਮਿਲੀ ਜੀ ਸਾਨੂੰ ਅਜੇ ਪਤਾ ਲੱਗੇ ਵੀ ਕੀ ਗੱਲ ਨਹੀਂ ਕੀ ਲੱਗਦਾ ਤੁਹਾਨੂੰ ਇਹਨਾਂ ਦੀ ਮੌਤ ਮਗਰ ਕੀ ਕਾਰਨ ਹੈ ਕਾਰਨ ਇਹ ਕਾਂਟੇ ਪਏ ਸੀ ਇੱਕ ਸੋਨੇ ਦੇ ਕੰਨਾਂ 'ਚ ਅਤੇ ਮਤਲਬ ਕੋਈ ਸਮਿਆਗਿਆਂ ਦਾ ਕੰਮ ਹੈ ਜੀ ਸਾਨੂੰ ਇਨਸਾਫ ਚਾਹੀਦਾ ਵੀ ਇਹਨਾਂ ਦਾ ਹਾਂ ਇਹ ਲੜਕੀ ਲੇਡੀ ਹੈ ਜਿਹੜੀ ਅਰਾਊਂਡ 56-57 ਇਹਦੀ ਏਜ ਹੈ 18-2 ਨੂੰ ਇਹ ਘਰੋਂ ਗਈ ਸੀ ਲੜਕੀ ਨੂੰ ਮਿਲਣਾ ਸੀ ਇਸਨੇ ਆਪਣੀ ਨੂੰ ਪਰ ਉੱਥੇ ਨਹੀਂ ਪਹੁੰਚੀ ਅਤੇ ਅੱਜ ਇਹਦੀ ਡੈਡ ਬੋਡੀ ਜਿਹੜੀ ਮਿਲੀ ਹੈ ਉਹ ਅਸੀਂ ਹੁਣ ਕੇਸ ਰਜਿਸਟਰ ਕਰਕੇ ਅਤੇ ਇਹਦੀ ਤਹਿਕੀਕਾਤ ਕਰ ਰਹੇ ਹਾਂ ਅਤੇ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੀਆਂ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਅਤੇ ਵੀ ਵਿਲ ਟ੍ਰੇਸ ਦਿਸ ਸਰ ਕੀ ਮਰਡਰ ਦਾ ਮਾਮਲਾ ਲੱਗਦਾ ਜੀ ਹੋਪਫੁਲੀ ਮਰਡਰ ਹੀ ਲੱਗ ਰਿਹਾ ਜੀ ਜ਼ੀਰੇ ਤੋਂ ਸਤੀਸ਼ ਵਿੱਜ ਦੀ ਰਿਪੋਰਟ ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ ਅਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜ਼ਾਤ ਦਿਵਾਉਣ ਲਈ ਹਾਜ਼ਰ ਹੈ ਫੀਰ ਲੀਫ ਪਾਵਰ ਜਿਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਜਿਵੇਂ ਮਰਦਾਨਾ ਕਮਜ਼ੋਰੀ ਅੰਤਰੀਆਂ ਦੀ ਸੋਜਿਸ਼ ਪਿਸ਼ਾਬ ਵਿੱਚ ਜਲਣ ਦਿਲ ਦੀ ਕਮਜ਼ੋਰੀ ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ ਅਲੱਗ ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਰੂਬਰੂ ਹੈ ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ ਉਹ ਹੁਣ ਫੀਰ ਰਿਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ ਇਹ ਮੈਡੀਸਨ 100% ਆਯੁਰਵੈਦਿਕ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94784 84084